ओ जान दे दारू ले जाने ओ दरी नहीं नहीं मैं वीडियो नहीं बंद करनी है मैं वीडियो नहीं बंद करनी मैं क्यों बंद करा ना आ चले खालसा जी आ बीयर सड़ती है इन्होंने थले जी सोशल मीडिया ते एक अजेही वीडियो वायरल हो रही है जिस विच कि एक सिख बुजुर्ग व्यक्ति जो कि ठेके ते खड़ा होके ओतो शराब खरीद रहा सी जबकि वीडियो बनाने वाले व्यक्तियों वालों एक ही गल बार बार आखी जा रही सी कि खालसा जी अज शराब दे ठेके ते शराब लैण किवें आ गए फिर वीडियो बनाने वाले व्यक्तियों वालों गड्डी विचों उतर के सिख बुजुर्ग व्यक्ति नूं लख लहंता पाईआं गईआं अते उन्हां ने बुजुर्ग व्यक्ति नूं कहा कि ਤੁਸੀਂ ਇੱਕ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਇਹ ਸਭ ਕਰਦੇ ਚੰਗੇ ਨਹੀਂ ਲੱਗਦੇ ਪਰ ਉਹਨਾਂ ਨੂੰ ਦੇਖ ਬਜ਼ੁਰਗ ਵਿਅਕਤੀ ਨੇ ਦਾਰੂ ਦੀ ਜਗ੍ਹਾ ਬੀਅਰ ਖਰੀਦ ਲਈ ਜਿਸ ਤੇ ਬਾਰ ਬਾਰ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਵੱਲੋਂ ਇਹੀ ਆਖਿਆ ਗਿਆ ਕਿ ਜੋ ਵੀ ਹੈ ਤੁਸੀਂ ਇੱਕ ਸਿੱਖ ਹੋ ਫਿਰ ਸਿੱਖ ਹੋਣ ਦੇ ਬਾਵਜੂਦ ਵੀ ਇਹ ਸਭ ਠੀਕ ਨਹੀਂ ਹੈ ਅਤੇ ਬਜ਼ੁਰਗ ਵਿਅਕਤੀ ਵੀਡੀਓ ਬਣਦੀ ਦੇਖ ਕੇ ਬੀਅਰ ਦੀ ਬੋਤਲ ਨੂੰ ਉੱਥੇ ਹੀ ਸੁੱਟ ਕੇ ਉੱਥੋਂ ਫਰਾਰ ਹੋ ਗਿਆ ਪਹਿਲਾਂ ਤੁਸੀਂ ਵੀ ਦੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਸਿੱਖ ਬਜ਼ੁਰਗ ਵਿਅਕਤੀ ਦੀ ਇਹ ਵੀਡੀਓ ਖਾਲਸਾ ਜੀ ਇਹ ਖਾਲਸਾ ਜੀ ਜਾਣਦੇ ਹੋ ਦਾਰੂ ਲਈ ਜਾਂਦੇ ਹੋ ਦਰੀ ਹੈ ਜੀ ਖਾਲਸਾ ਜੀ ਤੂੰ ਬੀਅਰ ਲੈ ਕੇ ਤੁਸੀਂ ਚੱਲੇ ਹੋ ਅੰਮ੍ਰਿਤਧਾਰੀ ਤੁਸੀਂ ਹੈਗੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਹੁਣ ਤੁਸੀਂ ਬੀਅਰ ਹੱਥ 'ਚ ਫੜੀ ਆ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿੱਡੀ ਮਾੜੀ ਗੱਲ ਆ ਤੁਸੀਂ ਠੇਕੇ ਤੇ ਖੜੇ ਹੋ ਨਹੀਂ ਮੈਂ ਵੀਡੀਓ ਨਹੀਂ ਬੰਦ ਕਰਨੀ ਹੈ ਮੈਂ ਵੀਡੀਓ ਨਹੀਂ ਬੰਦ ਕਰਨੀ ਮੈਂ ਕਿਉਂ ਬੰਦ ਕਰਾਂ ਨਾ 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 ਨਹੀਂ 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 ਆਹ ਮੌਜੂਦਾ ਅਸੀਂ ਤਾਂ ਉੱਧਰੋਂ ਮੁੜ ਹੁਣ ਤੁਸੀਂ ਬੀਅਰ ਸੁੱਟਤੀ ਉੱਧਰ ਗੱਲ ਕੀ ਆ ਇਹ ਸਰਪੰਚ ਸਾਹਿਬ ਆ ਦੇਖ ਲਓ ਜੀ ਮੌਕੇ 'ਤੇ ਤੁਸੀਂ ਗਵਾਹ ਹੋ ਆਹ ਚੱਲੇ ਖਾਲਸਾ ਜੀ ਆਹ ਬੀਅਰ ਸੁੱਟਤੀ ਇਹਨਾਂ ਨੇ ਥੱਲੇ ਜੀ ਆਹ ਦੇਖ ਲਓ ਆਹ ਇਹਨਾਂ ਦਾ ਨੰਬਰ ਆ ਮੋਟਰਸਾਈਕਲ ਦਾ ਦੇਖ ਲਓ PB25F06609 ਸਰਪੰਚ ਸਾਹਿਬ ਆਹ ਦੇਖ ਲਓ ਇਹ ਕਹਿੰਦੇ ਅਸੀਂ ਸ਼ਰਾਬ ਨਹੀਂ ਪੀਂਦੇ ਨਹੀਂ ਪੀਂਦਾ ਮੈਂ ਫਿਰ ਤੁਸੀਂ ਅੰਮ੍ਰਿਤਧਾਰੀ ਹੋ ਤੁਹਾਨੂੰ ਆਹ ਦੇਖੋ ਆਹ ਬੀਅਰ ਲੈ ਕੇ ਲੈਣ ਦੀ ਕੀ ਲੋੜ ਆ ਦੇਖੋ ਮੋਰ ਗਰੀਮੇ ਵਾਲਾ ਠੇਕੇ 'ਤੇ ਖੜੇ ਹਾਂ ਜੀ ਅਸੀਂ ਹੁਣ ਆਹ ਦੇਖ ਲਓ ਅੱਜ ਦੀ ਵਾਰਦਾਤ ਆਹ ਚੱਲਿਆ ਖਾਲਸਾ ਆਹ ਪਈ ਆ ਜੀ ਬੀਅਰ ਲਈ ਇਹਦੀ ਆਹ ਪਈ ਆ ਚੱਕ ਲਈ ਅਸੀਂ ਆਹ ਸਰਪੰਚ ਸਾਹਿਬ ਖੜੇ ਇੱਧਰ ਆ ਆਹ ਬੀਅਰ ਫੜੀ ਆ ਤੂੰ ਆਹ ਫੜ ਲਈ ਆ ਦੇਖ ਲਾ ਆ ਜਾ ਉਰੇ ਆਹ ਦੇਖ ਫੜ ਲਈ ਖਾਲਸੇ ਤੋਂ ਬੀਅਰ ਵੀਡੀਓ ਬਣਾਈ ਆ ਮੈਂ ਮੌਕੇ 'ਤੇ ਸਰਪੰਚ ਕੋਲ ਭੱਜ ਗਿਆ ਹੋ ਉਹਦੇ ਜਾਂਦਾ पर एह ते कुछ होर ही करदा फिरदा है सो लोड़ है हर एक सिख व्यक्ति नू एहो जिहे विगड़े हुए लोकां नू सुधारन दी मैं अपने ए मोढ़ियां ते गोढ़ियां तो बहुत दुखी सी मेरे लिए तो ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫਿਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ